गोइंदवाल साहिब की धरती लख वार नतमस्तक होने नू दिल करता है, क्योंकि इत्थे इहो जिहे गुरद्वारा साहिबान ने जिन्हां दे नाल इतिहासक महत्ता बड़ी जुड़ी हुई है। तो उन्हां गुरद्वारा साहिबान दे विच्चों एक है गुरद्वारा श्री बौली साहब। श्री गुरु अंगद देव जी दे हुक्म ते बख्शिश नाल जिवें श्री गुरु अमरदास जी ने यह अनुपम नगर गोइंदवाल वसाया, तो उस विच कलयुगी जीवां नू 84 लख जूनां तों छुटकारा दिवाउण दे लई अपनी मौजूदगी विच सिख धर्म दा यह पहला महान तीरथ 84 पौड़ियां वाला बौली साहब रचिया। इत्थों दा शांत स्वच्छ ते रमणीक वातावरण देख के मन विच खेड़ा आ जांदा है। बाहरली ड्यूड़ी तो दाखिल हुंदियां बौली साहब दे दर्शन करके सीस चुक जांदा है ते मूंह दे विच्चों आप मुहारे धन श्री गुरु अमरदास जी निकलदा है। इस पवित्र बौली ते होर गुर अस्थाना दी सेवा 12 मिसलां दे सरदारां ते शेरे पंजाब महाराजा रणजीत सिंह जी ने भी कीती सी। बौली साहब दे दरवाजे दे बाहर संग मरमर दी पालकी दे हेठां जो थड़ा साहब है, इहदे उपर बैठ के श्री गुरु अमरदास जी संगतां पासों बौली दी ही कार सेवा करवाउंदे हुंदे सन। इशनान करन वालियां दी सहूलत लई बौली साहब विच पक्खियां ते लाइटां दा बड़ा अच्छा प्रबंध है। बौली साहब दियां सारियां 84 पौड़ियां संगमरमर दियां बड़ियां साफ सुथरियां ते खुल्लियां डुल्लियां ने, जिन्हां उपर यात्रू इशनान करके जपजी साहिब दे पाठ लई आराम नाल बैठ सकदा है। इत्थे हर एक दे मूहों इहो ही धुन उठदी है, धन श्री गुरु अमरदास जी जां सतनाम श्री वाहिगुरु। बौली साहब दे संपूर्ण होण ते गुरदेव ने वर दिता सी कि जो माई भाई बौली साहब दे पवित्र जल विच इशनान करके शुद्ध हिरदे नाल हरेक पौड़ी उत्ते श्री जपजी साहब दा एक एक पाठ ते इशनान करेगा, वह 84 लख जूना तो मुक्ति पा लवेगा। Satguru Goetaya Tatam 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 Tatam
ਇਹੋ ਮਹਾਨ ਪਾਵਨ ਅਸਥਾਨ ਹੈ ਜਿੱਥੇ ਅੱਠ ਗੁਰੂਆਂ ਦੀ ਇਹ ਚਰਨ ਛੋਹ ਪ੍ਰਾਪਤ ਧਰਤੀ ਹੈ ਜਿਸ ਨੂੰ ਗੁਰਬਾਣੀ ਦੇ ਅੰਦਰ ਭੱਟਾਂ ਨੇ ਉਚਾਰਨ ਕੀਤਾ ਹੈ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ ਭਾਵ ਕਿ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਹ ਨਗਰ ਗੋਬਿੰਦਵਾਲ ਸਾਹਿਬ ਵਸਾਉਣਾ ਕੀਤਾ। ਇਸੇ ਅਸਥਾਨ 'ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਕਲਯੁਗੀ ਜੀਵਨ ਦਾ ਉਧਾਰ ਕਰਨ ਵਾਸਤੇ ਊਚ ਨੀਚ ਦਾ ਭੇਦਭਾਵ ਮਿਟਾਉਣ ਵਾਸਤੇ ਪਹਿਲਾ ਤੀਰਥ ਜੋ ਬੌਲੀ ਸਾਹਿਬ ਹੈ ਉਹਦੀ ਰਚਨਾ ਕੀਤੀ ਅਤੇ ਸਤਿਗੁਰਾਂ ਨੇ ਉਪਦੇਸ਼ ਕੀਤਾ ਕਿ ਜਿਹੜਾ ਵੀ ਮਾਈ ਭਾਈ ਸ਼ੁੱਧ ਹਿਰਦੇ ਦੇ ਨਾਲ ਇਸ ਬੌਲੀ ਸਾਹਿਬ ਕੇ ਇਸ਼ਨਾਨ ਕਰੇਗਾ ਅਤੇ ਗੁਰੂ ਕੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਕਰੇਗਾ ਉਹ ਜਨਮ ਮਰਨ ਤੋਂ ਮੁਕਤ ਹੋ ਜਾਵੇਗਾ, ਉਹਦੀ 84 ਕੱਟੀ ਜਾਵੇਗੀ। ਸੋ ਇਸੇ ਹੀ ਸਤਿਗੁਰਾਂ ਨੇ ਪਹਿਲੇ ਪੰਗਤ ਪਾਛੇ ਸੰਗਤ ਦੀ ਪ੍ਰਥਾ ਚਲਾਈ ਜਿਸ ਪੰਗਤ ਵਿੱਚ ਬੈਠ ਕਰਕੇ ਅਕਬਰ ਵਰਗੇ ਬਾਦਸ਼ਾਹ ਨੇ ਵੀ ਗੁਰੂ ਕੇ ਲੰਗਰ ਦਾ ਪ੍ਰਸ਼ਾਦਾ ਛਕਿਆ। ਇੱਥੇ ਉਹ ਮਹਾਨ ਪਾਵਨ ਅਸਥਾਨ ਹੈ ਜਿੱਥੇ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਆਪ ਆਪਣੇ ਸਿਰ 'ਤੇ ਟੋਕਰੀ ਚੁੱਕ ਕਰਕੇ ਬੌਲੀ ਸਾਹਿਬ ਦੀ ਸੇਵਾ ਕੀਤੀ ਅਤੇ ਸੇਵਾ ਤੋਂ ਪ੍ਰਸੰਨ ਹੋ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਦੇ ਚੌਥੇ ਵਾਰਸ ਬਣਾ ਦਿੱਤਾ। ਇੱਥੇ ਉਹ ਮਹਾਨ ਪਾਵਨ ਅਸਥਾਨ ਹੈ ਕਿ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੋਬਿੰਦਵਾਲ ਦੀ ਪਾਵਨ ਧਰਤੀ 'ਤੇ ਹੋਇਆ। ਸੋ ਇਹ ਉਹ ਮਹਾਨ ਪਾਵਨ ਅਸਥਾਨ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਣ ਕਰਕੇ ਨਤਮਸਤਕ ਹੁੰਦੀਆਂ ਹਨ। ਸੋ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਮਨ ਦੀਆਂ ਜਿਹੜੀਆਂ ਕਾਮਨਾਵਾਂ ਉਹ ਪੂਰੀਆਂ ਕਰਦੀਆਂ ਹਨ। ਸੋ ਇਹ ਉਹ ਮਹਾਨ ਪਾਵਨ ਅਸਥਾਨ ਹੈ ਜਿੱਥੇ ਅੱਠ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਗੋਬਿੰਦਵਾਲ ਸਾਹਿਬ ਬੌਲੀ ਸਾਹਿਬ ਦਾ ਇਹ ਅਸਥਾਨ ਮਹਾਨ ਅਸਥਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਦੇ ਨਾਲ ਹੀ ਹੈ ਗੁਰਦੁਆਰਾ ਸ਼੍ਰੀ ਚੁਬਾਰਾ ਸਾਹਿਬ। ਇਹ ਅਸਥਾਨ ਨਗਰ ਦੇ ਵਿਚਕਾਰ ਬੌਲੀ ਸਾਹਿਬ ਤੋਂ ਥੋੜ੍ਹੀ ਕੁ ਵਿੱਥ ਦੇ ਉੱਤੇ ਹੈ। ਗੁਰਤਾ ਪ੍ਰਾਪਤ ਕਰਨ ਦੇ ਪਿੱਛੋਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਪਰਿਵਾਰ ਦੀ ਰਿਹਾਇਸ਼ ਇੱਥੇ ਰੱਖ ਲਈ ਸੀ। ਇੱਥੇ ਹੀ ਬੀਬੀ ਪਾਨੀ ਲਈ ਜੇਠਾ ਜੀ ਨੂੰ ਵਰ ਚੁਣਿਆ ਅਤੇ ਹੋਰ ਸਾਰੇ ਕੌਤਕ ਵਰਤਾਏ। ਗੁਰੂ ਜੀ ਦੇ ਆਪਣੇ ਨਿਵਾਸ 'ਤੇ ਤਪੱਸਿਆ ਕਰਨ ਦੀ ਯਾਦ ਵਿੱਚ ਜੋ ਅਸਥਾਨ ਬਾਅਦ ਵਿੱਚ ਬਣਿਆ ਏ ਉਹ ਇੱਕ ਸ਼ਾਹੀ ਮਹਿਲ ਵਰਗਾ ਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਚਾਂਦੀ ਦੀ ਇੱਕ ਪਾਲਕੀ ਵਿੱਚ ਕੀਤਾ ਜਾਂਦਾ ਹੈ ਅਤੇ ਦਰਵਾਜ਼ੇ ਦੀ ਜੋੜੀ ਉੱਤੇ ਵੀ ਚਾਂਦੀ ਦੇ ਪੱਤਰੇ ਚੜ੍ਹਾਏ ਹੋਏ ਨੇ। ਇਹ ਅਸਥਾਨ ਤੀਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦਾ ਅਸਥਾਨ ਹੈ। ਇਸ ਨੂੰ ਗੁਰਦੁਆਰਾ ਚੁਬਾਰਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਅਸਥਾਨ 'ਤੇ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਸੇਵਾ ਵਿੱਚ ਅਦੁੱਤੀ ਵੇਖ ਕੇ ਸੋਢੀ ਵੰਸ਼ ਵਿੱਚ ਗੁਰਗੱਦੀ ਰਹਿਣ ਦਾ ਵਰ ਦਿੱਤਾ ਅਤੇ ਗੁਰੂ ਰਾਮਦਾਸ ਜੀ ਨੂੰ ਗੁਰੂ ਘਰ ਦੀ ਸੇਵਾ ਦੀ ਧੁੱਟ ਦਾਤ ਬਖਸ਼ਿਸ਼ ਕੀਤੀ। ਇਹ ਅਸਥਾਨ ਕਿੱਲੀ ਸਾਹਿਬ ਹੈ। ਇਸ ਕਿੱਲੀ ਸਾਹਿਬ ਨੂੰ ਫੜ ਕੇ ਗੁਰੂ ਅਮਰਦਾਸ ਜੀ ਬਿਰਧ ਅਵਸਥਾ ਵਿੱਚ ਸਿਮਰਨ ਕਰਿਆ ਕਰਦੇ ਸਨ। ਇਹ ਨਾਲ ਦਾ ਅਸਥਾਨ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਅਤੇ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਅਸਥਾਨ ਹੈ। ਇਹ ਬੀਬੀ ਭਾਨੀ ਜੀ ਦਾ ਚੁੱਲ੍ਹਾ ਸਾਹਿਬ ਇੱਥੇ ਪ੍ਰਸ਼ਾਦੇ ਤਿਆਰ ਕਰਕੇ ਸੰਗਤਾਂ ਨੂੰ ਛਕਾਇਆ ਕਰਦੇ ਸਨ ਅਤੇ ਥੰਮ ਸਾਹਿਬ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਛੋਟੀ ਅਵਸਥਾ ਵਿੱਚ ਖੇਡਿਆ ਕਰਦੇ ਸਨ। ਇਹ ਪਾਲਕੀ ਸਾਹਿਬ ਦੇ ਵਿੱਚ ਪਹਿਲੇ ਚੌ ਪਾਤਸ਼ਾਹਾਂ ਦੀਆਂ ਬਾਣੀ ਦੀਆਂ ਪੋਥੀਆਂ ਬਾਬਾ ਮੋਹਨ ਜੀ ਦੇ ਅਸਥਾਨ ਤੋਂ ਪਹਿਲਾਂ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਸਾਹਿਬ ਜੀ ਲੈਣ ਵਾਸਤੇ ਆਏ। ਬਾਬਾ ਜੀ ਸਮਾਧੀ ਦੇ ਵਿੱਚ ਲੀਨ ਸਨ, ਉਹਨਾਂ ਕੋਲ ਬਾਬਾ ਜੀ ਦੀ ਸਮਾਧੀ ਨਹੀਂ ਖੁੱਲ੍ਹੀ। ਬਾਅਦ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗਲੀ ਦੇ ਵਿੱਚ ਸ਼ਬਦ ਉਚਾਰਨ ਕੀਤਾ, ਮੋਹਣ ਤੇਰੇ ਉੱਚੇ ਮੰਦਰ ਮਹਿਲ ਉਪਾਰਾ। ਬਾਬਾ ਜੀ ਦੀ ਸਮਾਧੀ ਖੁੱਲ੍ਹੀ ਅਤੇ ਇਸ ਪਾਲਕੀ ਸਾਹਿਬ ਦੇ ਵਿੱਚ ਚੌਂ ਪਾਤਸ਼ਾਹੀ ਦੀਆਂ ਬਾਣੀ ਦੀਆਂ ਸੈਂਚੀਆਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਵਾਲੇ ਅਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਤਿਆਰ ਕਰਵਾਈ। ਇਹ ਪਾਵਨ ਪਵਿੱਤਰ ਕੇਸ ਗੁਰੂ ਅਮਰਦਾਸ ਜੀ ਦੇ ਜਿਹੜੇ ਮਹਾਰਾਜ ਕੰਘੇ ਨਾਲ ਕਰਿਆ ਕਰਦੇ ਸਨ, ਬੀਬੀ ਭਾਨੀ ਜੀ ਨੇ ਸਵਾਲ ਕੀਤੇ ਹੋਏ ਅਤੇ ਮਹਾਰਾਜ ਗੁਰੂ ਅਮਰਦਾਸ ਜੀ ਦਾ ਚੋਲਾ ਸਾਹਿਬ ਦਾ ਬਸਤਰ ਮੌਜੂਦ ਹੈ। ਇਹ ਪਾਲਕੀ ਹੈ ਸੁਸ਼ੋਭਿਤ, ਇਸ ਵਿੱਚ ਪੋਥੀਆਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਗਏ ਸਨ। ਅਗਲੇ ਪਾਸੇ ਤਈਆ ਤਾਪ ਦੀ ਕੋਠੜੀ ਹੈ। ਨਾਲ ਇਸ ਕੋਠੜੀ ਦੇ ਵਿੱਚ ਮਹਾਰਾਜ ਨੇ ਤਈਆ ਤਾਪ ਨੂੰ ਕੈਦ ਕੀਤਾ ਸੀ। ਅਗਲੇ ਪਾਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਸਥਾਨ ਹੈ। ਇਸ ਸਥਾਨ 'ਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਜਨਮ ਹੋਇਆ ਹੈ। ਇਹ ਬਾਬਾ ਮੋਹਨ ਜੀ ਦਾ ਸਥਾਨ ਹੈ। ਇੱਥੋਂ ਸੈਂਚੀਆਂ ਲੈ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਗਏ ਹਨ। ਇਹ ਨਾਲ ਇਤਿਹਾਸਕ ਖੂਹੀ ਸਾਹਿਬ ਹੈ। ਇਸ ਖੂਹੀ ਤੋਂ ਮਹਾਰਾਜ ਗੁਰੂ ਅਮਰਦਾਸ ਜੀ ਜਲ ਵਰਤਿਆ ਕਰਦੇ ਸਨ।